ਹੁਣ ਭੈਣ ਕੁਛ ਵੀ ਨਾ ਹਾਂ ਤੂੰ ਹੀ ਮਨ ਤੇ ਕਿਨਾਰੇ ਰਹੇ ਹੈ ਹਾਂਜੀ ਚਲੋ ਕੋਈ ਛੱਡ ਕੇ ਵੀ ਆਏ ਆ ਉਹ ਆਪੇ ਸਮਾਨ ਵੀ ਘਰੇ ਰੱਖ ਕੇ ਗਏ ਆ ਵੀ ਉਹਨਾਂ ਨੂੰ ਆਸ ਸੀ ਵੀ ਆ ਜਾਵਾਂਗੇ ਤੇ ਲੈ ਲਾਂਗੇ ਫਿਰ ਚਲ ਗਏ ਉਹ ਵਿਚਾਰੇ ਸਾਡੇ ਜਿੰਮੇ ਪਾ ਕੇ ਕੁੜੀਆਂ ਦੋ ਚਾਰ ਸਾਡੇ ਦਿਨ ਲੰਘੇ ਨਾ ਮੁਸਲਮਾਨੀਆਂ 'ਚ ਹਰ ਇੱਕ ਦੇ ਦਿਨ ਲੰਘੇ ਸਾਰਾ ਮੱਲਾ ਮੁਸਲਮਾਨਾਂ ਦਾ ਹੀ ਤੇ ਬੜੇ ਪਿਆਰ ਨਾਲ ਰਹਿੰਦੇ ਸੀ ਬਹੁਤ ਪਿਆਰ ਨਾਲ ਵੇਰਕਾ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਇੱਥੋਂ ਦੇ ਬੀਬੀ ਗੁਰਮੀਤ ਕੌਰ ਜੀ ਨਾਲ ਅਸੀਂ ਥੋੜ੍ਹੀ ਬਹੁਤੀ ਗੱਲ ਕਰਾਂਗੇ ਪਾਕਿਸਤਾਨ ਦੇ ਬਾਰੇ 'ਚ ਜਿੰਨਾ ਕੁ ਵੀ ਉਹ ਜਾਣਦੇ ਨੇ ਅਸੀਂ ਉਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਬੀਬੀ ਜੀ ਜਦੋਂ ਪਾਕਿਸਤਾਨ ਬਣਿਆ ਰੌਲੇ ਪਏ ਆ ਅਤੇ ਤੁਸੀਂ ਉਦੋਂ ਕਿੱਡੇ ਕੁ ਸੀਗੇ ਅਸੀਂ ਉਦੋਂ ਹੁਣੇ ਹਾਂ ਮਹਾਂ ਇੱਡੇ ਕਿ ਛੋਟੇ ਹੋ 10-12 ਸਾਲਾਂ ਦੇ ਹਾਂ ਅੱਛਾ ਤੇ ਸਾਰੀ ਉਹਦਾ ਪਛਾਣ ਸਾਰੀ ਹੀ ਅੱਛਾ ਅਤੇ ਸਹੇਲੀਆਂ ਸੀਗੀਆਂ ਮੁਸਲਮਾਨਾਂ ਦੀਆਂ ਕੁੜੀਆਂ ਹਾਂ ਹੈਗੀਆਂ ਸਹੇਲੀਆਂ ਤੇਲੀਆਂ ਦੀਆਂ ਕੁੜੀਆਂ ਸੀ ਅੱਛਾ ਹਾਂਜੀ ਅੱਛਾ ਮੁਸਲਮਾਨ ਤੇਲੀਆਂ ਨੇ ਕੁੜੀਆਂ ਹਾਂ ਠੀਕ ਹੈ ਤੇ ਜੋ ਗੰਗਾ ਹੁੰਦਾ ਸੀ ਸਾਡੇ ਲਾਗੇ ਉਹਦਾ ਘਰ ਸਾਡੇ ਨਾਲ ਸੀ ਬਿਲਕੁਲ ਭਾਈ ਦਾ ਅਤੇ ਇੱਥੇ ਤਾਂ ਤੁਸੀਂ ਵਿਆਹੇ ਆਏ ਨਾ ਪੱਤੀ ਸੋਹਣ ਸਿੰਘ ਦੇ ਵਿੱਚ ਅਤੇ ਇਸ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ ਗਦਲੀ ਗਦਲੀ ਕਿੱਥੇ ਕੁ ਕਰਕੇ ਆ ਗਦਲੀ ਆ ਜੰਡਿਆਲੇ ਦੇ ਜੰਡਿਆਲੇ ਦੇ ਕੋਲ ਗਦਲੀ ਹਾਂ ਉੱਥੇ ਉੱਥੇ ਤੇਲੀਆਂ ਦੀਆਂ ਕੁੜੀਆਂ ਤੁਹਾਡੀਆਂ ਸਹੇਲੀਆਂ ਸੀ ਹਾਂ ਉੱਥੇ ਬਹੁਤ ਕੰਪੂ ਸਾਰਾ ਵਿੱਚ ਹੈਗਾ ਏ ਚਰਖੇ ਵੀ ਕੱਟਣੇ ਬਹਿਣਾ ਖਲੋਣਾ ਸਾਰੀਆਂ ਨੇ ਜਦੋਂ ਫਿਰ ਚਲ ਗਏ ਉਹ ਵਿਚਾਰੇ ਸਾਡੇ ਜਿੰਮੇ ਪਾ ਕੇ ਕੁੜੀਆਂ ਦੋ ਚਾਰ ਉਹ ਫਿਰ ਸਿਪਾਹੀ ਆਉਂਦੇ ਰਹੇ ਲੈਣ ਵਿਚਾਰੇ ਮਾਂ ਪਿਓ ਨਾਲ ਆਉਂਦਾ ਰਿਹਾ ਏ ਉਹ ਫਿਰ ਲੈ ਕੇ ਚਲ ਜਾਂਦੇ ਰਹੇ ਆ ਤੁਹਾਡੇ ਕੋਲ ਜਦੋਂ ਰੌਲੇ ਪਏ ਤੁਹਾਡੇ ਕੋਲ ਰਹੀਆਂ ਨੇ ਹਾਂ ਰਹੀਆਂ ਹਾਂਜੀ ਤੇ ਫਿਰ ਬਾਅਦ 'ਚ ਉਹਨਾਂ ਦੇ ਮਾਂ ਪਿਓ ਲੈ ਕੇ ਗਏ ਉਹਨਾਂ ਮਾਂ ਪਿਓ ਬਾਹਰ ਲੈ ਕੇ ਗਏ ਆ ਮੇਰੀ ਵੇਖੋ ਜੀ ਕਿੱਡੀ ਇਹ ਮਹਾਨ ਲੋਕ ਸੀ ਕਿੱਡੇ ਦਿਲ ਵਾਲੇ ਲੋਕ ਸੀ ਉਨ ਉਦੋਂ ਵੱਡੇ ਦਿਲ ਵਾਲੇ ਲੋਕ ਜਿਹੜੇ ਆਪਣੀਆਂ ਧੀਆਂ ਨੂੰ ਉਹਨਾਂ ਦੇ ਕੋਲ ਛੱਡ ਗਏ ਔਰ ਕਿੰਨਾ ਵਿਸ਼ਵਾਸ ਸੀਗਾ ਤੇ ਬਾਅਦ ਵਿੱਚ ਲੈ ਕੇ ਗਏ ਜੀ ਸਲਿਊਟ ਹੈ ਉਹਨਾਂ ਲੋਕਾਂ ਨੂੰ ਬਣਾ ਲਈਏ ਨਾ ਕਿਸੇ ਨੂੰ ਉਹ ਫਿਰ ਬਣਨਾ ਪੈਂਦਾ ਵਾ ਹਾਂਜੀ ਹਾਂਜੀ ਮੇਰੀ ਮਾਂ ਦੇ ਪੈਰ ਗਲੇ ਸੀ ਉਹ ਆਖਣ ਲੱਗੀ ਵੀ ਚੱਲ ਤੁਸੀਂ ਮੇਰੇ ਕੋਲ ਛੱਡ ਜਿਓ ਚਲੋ ਜਦੋਂ ਤੁਹਾਡਾ ਜੀ ਕਰੂ ਆਣ ਕੇ ਲੈ ਜਿਓ ਲੈ ਗਏ ਫਿਰ ਉਦੋਂ ਅੱਛਾ ਗੱਡੀਆਂ ਦੇ ਨਾਲ ਛਪਾਈ ਆਉਣੇ ਨਾਲ ਪੁਲਿਸ ਨਾਲ ਫਿਰ ਉਹਨਾਂ ਪਿਓ ਨੇ ਹੋਣਾ ਮਾਂ ਨੇ ਹੋਣਾ ਉਹਨਾਂ ਆਣ ਕੇ ਫਿਰ ਲੈ ਜਾਣਾ ਅੱਛਾ ਮੁੜ ਕੇ ਨਹੀਂ ਸਾਨੂੰ ਕੋਈ ਕਾਰਡ ਪਾਇਆ ਨਾ ਹੀ ਸਾਨੂੰ ਚਿੱਠੀ ਪਾਈ ਨਹੀਂ ਸਾਨੂੰ ਕੋਈ ਪੁੱਛ ਗਿੱਛ ਕੀਤੀ ਉਹਨਾਂ ਵੀ ਅਤੇ ਇੰਨਾ ਵਕਤ ਸਾਡਾ ਵੇਖਿਆ ਨਾ ਅਤੇ ਉਹਨਾਂ ਕੁੜੀਆਂ ਦੇ ਅੱਬੇ ਦਾ ਕੀ ਨਾਂ ਸੀ ਹੈਂ ਉਹ ਕੁੜੀਆਂ ਦੇ ਮਤਲਬ ਬਾਪੂ ਦਾ ਉਹਨਾਂ ਦੇ ਅੱਬੇ ਦਾ ਕੀ ਨਾਂ ਸੀ ਉਹ ਨਹੀਂ ਪਤਾ ਮੈਨੂੰ ਵੀ ਨਾਂ ਕਿਉਂ ਭੁੱਲ ਗਏ ਹੁਣ ਸਹੇਲੀਆਂ ਦੇ ਨਾਂ ਦੱਸ ਦਿਓ ਕੋਈ ਮਾੜਾ ਮੋਟਾ ਦਿਮਾਗ ਨਾਂ ਭੁੱਲ ਗਏ ਦੱਸ ਸਹੇਲੀਆਂ ਦਾ ਨਾਂ ਭੁੱਲ ਗਏ ਜੀ ਮੈਂ ਤੁਹਾਨੂੰ ਆਖਾਂ ਭੁੱਲ ਗਏ ਜੀ ਐਵੇਂ ਆਖਾਂ ਚਲੋ ਹਾਂ ਤੇ ਜਿਹੜੀਆਂ ਉਹ ਸਹੇਲੀਆਂ ਤੁਹਾਨੂੰ ਨਾਂ ਤੇ ਭਾਵੇਂ ਨਹੀਂ ਯਾਦ ਜੇ ਇੱਧਰੋਂ ਜੇ ਉਹ ਜ਼ਿੰਦਾ ਹੁਣ ਰੱਬ ਕਰੇ ਉਹ ਜਿਉਂਦੇ ਹੁਣ ਤੇ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਨਹੀਂ ਮੈਂ ਕੀ ਸੁਨੇਹਾ ਦੇਣਾ ਮੈਂ ਤਾਂ ਆਪ ਰੱਬ ਦੇ ਘਰ ਜਾਣ ਨੂੰ ਤਿਆਰ ਹੋਈ ਨਹੀਂ ਫਿਰ ਵੀ ਦਿਲ ਤੇ ਕਰਦਾ ਨਾ ਬਚਪਨ ਦੀਆਂ ਸਹੇਲੀਆਂ ਕਦੀ ਮਿਲ ਨਹੀਂ ਕੋਈ ਸੁਨੇਹਾ ਨਹੀਂ ਦੇਣਾ ਭੈਣੇ ਹੁਣ ਇੰਨੇ ਚਿਰ ਤੱਕ 50 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਛਾ ਜੇ ਸਿੱਧੀ ਗੱਲ ਹੈ ਨਾ ਤੇ 50 ਸਾਲਾਂ 'ਚ ਹੁਣ ਪਛਾਣ ਹੀ ਭੁੱਲ ਜਾਂਦੀ ਆ ਨਾਂ ਭੁੱਲ ਜਾਂਦੇ ਆ ਪਰ ਉਹ ਵੀ ਤੁਹਾਨੂੰ ਜ਼ਰੂਰ ਯਾਦ ਕਰਦੇ ਹੋਣੇ ਕਿ ਅਸੀਂ ਇਹਨਾਂ ਦੇ ਘਰ ਇੰਨਾ ਟਾਈਮ ਕੱਟਿਆ ਸੀ ਨਹੀਂ ਮੇਰਾ ਤਾਇਆ ਜੀ ਲਾਗੇ ਉਹ ਜਾਂਦਾ ਰਿਹਾ ਸੀ ਗੰਗਾ ਸੋਹ ਨੂੰ ਮਿਲਣ ਉਹ ਇੰਨਾ ਗੰਗਾ ਸੋਹ ਕੌਣ ਸੀ ਉਹ ਵੀ ਮੁਸਲਮਾਨ ਸੀ ਅੱਛਾ ਲਾਗੇ ਘਰ ਸੀ ਉਹਦੇ ਮੇਰੇ ਤਾਏ ਦੇ ਨਾਲ ਹੀ ਅਤੇ ਉਹ ਜਾਂਦਾ ਦਾਖਣਾ ਮੈਂ ਮਿਲਣ ਚੱਲਦੇ ਹਾਂ ਗੰਗਾ ਸੋਹ ਨੂੰ ਪਾਸ ਘੱਲਿਆ ਉਹਨੇ ਅੱਛਾ ਤੇ ਪਾਸ ਪੂਸ ਜਿਹੜੇ ਘਲਾਉਣੇ ਉਹ ਘਲਾਉਣੇ ਗੁਰਦੁਆਰੇ ਜਾਣਾ ਮਿਲ ਗਏ ਆਪਣਾ ਕਿਤੇ ਕੀਤਾ ਹੁਣ ਤਾਇਆ ਵੀ ਮਰ ਗਿਆ ਤੇ ਸਾਰੇ ਕੰਮ ਮੁੱਕ ਗਏ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਜਿੱਦਾਂ ਸਾਡੇ ਦਿਨ ਲੰਘੇ ਨਾ ਮੁਸਲਮਾਨੀਆਂ 'ਚ ਹਰ ਇੱਕ ਦੇ ਦਿਨ ਲੰਘੇ ਸਾਰਾ ਮੱਲਾ ਮੁਸਲਮਾਨਾਂ ਦਾ ਹੀ ਤੇ ਬੜੇ ਪਿਆਰ ਨਾਲ ਰਹਿੰਦੇ ਸੀ ਬਹੁਤ ਪਿਆਰ ਨਾਲ ਚਰਖੇ ਕੱਟਣੇ ਇਕੱਠੀਆਂ ਨੇ ਭੰਡਾਰ ਲਾਉਣੇ ਪੂਣੀਆਂ ਵੱਟਣੀਆਂ ਇਹ ਭੰਡਾਰ ਕੀ ਹੁੰਦਾ ਭੰਡਾਰ ਚਰਖੇ ਰਾਤ ਪਾ ਪਾ ਪੂਣੀਆਂ ਲੱਖਣਾ ਕੱਟਣੀਆਂ ਵਾ ਅੱਛਾ ਅੱਛਾ ਪਾ ਪਾ ਪੂਣੀਆਂ ਕਰਕੇ ਕੱਟਣੀਆਂ ਤੇ ਫਿਰ ਨਹੀਂ ਭੰਡਾਰ ਹੁੰਦਾ ਕਿ ਪਹਿਲਾਂ ਇੱਕ ਜਾਣੀ ਦੀਆਂ ਪੂਣੀਆਂ ਕੱਟ ਲੈਣੀਆਂ ਆਪੋ ਆਪਣੀਆਂ ਅੱਛਾ ਅੱਛਾ ਜੇ ਕਿਸੇ ਦੀਆਂ ਰਹਿ ਗਈਆਂ ਥੋੜੀਆਂ ਬੁੱਟੀਆਂ ਤਾਂ ਆਖਣਾ ਲਿਆ ਮਿੰਦੇ ਨੇ ਮੈਂ ਤੇਰੀ ਛੱਲੀ ਲਾ ਰਹਿੰਦੀ ਹਾਂ ਅੱਛਾ ਅੱਛਾ ਹਾਂਜੀ ਚਲੋ ਮਹਾਰਾਜ ਚਲੋ ਤੁਹਾਡੇ ਵੀ ਦਿਲ 'ਚ ਉਹਨਾਂ ਦੀਆਂ ਬੜੀਆਂ ਮਿੱਠੀਆਂ ਯਾਦਾਂ ਨੇ ਬਹੁਤ ਜ਼ਿਆਦੀਆਂ ਮਿੱਠੀਆਂ ਯਾਦਾਂ ਹੁਣ ਭੈਣ ਕੁਛ ਵੀ ਨਾ
ਮਨ ਤੇ ਕਿਨਾਰੇ ਰਹੇ ਹੈ। ਹਾਂਜੀ ਚਲੋ ਕੋਈ ਦਿਲ ਹੀ ਛੋਟਾ ਕਰ ਚਲੋ ਕਿਤੇ ਤੁਸੀਂ ਜਾਣ ਕਰੋ। ਹਾਂ ਹਾਂ ਨਹੀਂ ਆਪਾਂ ਆ ਜਦੋਂ ਆ ਵੀਡੀਓ ਬਣ ਜਾਏਗੀ ਤੁਹਾਡੇ ਕੋਲ ਲਿਖ ਕੇ ਆਵਾਂਗੇ ਜੀ। ਵੇਰਕਾ ਦੇ ਵਸਨੀਕ ਸਰਦਾਰ ਜੀਤ ਸਿੰਘ ਨਾਲ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਦੋਂ ਪਾਕਿਸਤਾਨ ਬਣਿਆ ਉਹਦੀ ਕਿੰਨੀ ਕੁ ਹੋਸ਼ ਸੀ ਜਾਂ ਕਿ ਕਿਹਨੂੰ ਕਿਹਨੂੰ ਉਹ ਜਾਣਦੇ ਸੀ, ਅਤੇ ਆ ਜਾਓ ਫਿਰ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਜਦੋਂ ਇਹ ਪਾਕਿਸਤਾਨ ਬਣਿਆ 1947 ਦੇ ਰੌਲੇ ਪਏ ਆ, ਅਤੇ ਤੁਹਾਡੀ ਉਮਰ ਕਿੱਡੀ ਕੁ ਸੀ ਉਦੋਂ? ਜਦੋਂ ਰੌਲਾ ਅਲੀ ਮਾਮੂਲੀ 3 ਸਾਲ ਮਗਰੋਂ ਪਿਆ ਰੌਲਾ, ਜਦੋਂ ਅਲੀ ਡਰਾਉਣੀ ਲੱਗੇ ਸੀ ਨਾ, ਹਾਂਜੀ, ਉਦੋਂ ਮੈਂ ਇਸ ਮੁੰਡੇ ਨੂੰ ਵੱਡਾ ਹਾਂ ਅਤੇ ਮੈਂ ਮਹੀਆਂ ਲਈ ਆਉਂਦਾ ਹਾਂ। ਮਤਲਬ ਤੁਸੀਂ 12 ਸਾਲ ਦੇ ਸੀਗੇ? ਅਤੇ ਹੋਰ ਬੰਦੇ ਜਿਹੜੇ ਹੈਗੇ ਸੀ ਵਾਕਬ, ਉਹ ਤਾਂ ਬੁੱਢੇ ਸੀ, ਮੁੰਡੇ ਜਿਹਾ ਨਾਲ ਸਾਡੀ ਕਾਹਦੀ ਵਾਕਬੀ, ਬੁੱਢਿਆਂ ਨਾਲ ਵਾਕਬੀ ਸੀ, ਉਹ ਤਾਂ ਵਿਚਾਰੇ ਮਰ ਮੁਰ ਗਏ ਹੋਣੇ। ਅਤੇ ਮਹੀਆਂ ਕਿੱਥੋਂ ਲਈ ਆਉਂਦੇ ਸੋ? ਮਹੀਆਂ ਬਾਹਰੋਂ, ਉਹ ਬਾਈਪਾਸ ਤੋਂ ਪਾਰਲੇ ਪਾਸੇ ਖੂਹ ਸੀ ਸਾਡਾ, ਉੱਥੋਂ ਲਈ ਆਉਂਦੇ। ਫਿਰ ਪਤਾ ਲੱਗਾ ਕਿ ਪਿੰਡ 'ਚ ਰੌਲੇ ਪੈ ਗਿਆ? ਪਿੰਡ 'ਚ ਬੰਦਾ ਇੱਕ ਮਾਰਨ ਪੈ ਗਿਆ ਨਾ ਮੁਸਲਮਾਨ ਨੂੰ, ਉਹ ਨੱਠਾ ਤਾਂ ਪਤਾ ਲੱਗ ਹੀ ਜਾਣਾ ਸੀ ਜਦੋਂ ਰੌਲਾ। ਹਾਂਜੀ, ਉੱਥੋਂ ਫਿਰ ਰੌਲੇ ਗੋਲੇ ਸ਼ੁਰੂ ਹੋ ਗਏ? ਆਹੋ, ਉੱਥੋਂ ਰੌਲੇ ਗੋਲੇ ਸ਼ੁਰੂ ਹੋ ਗਏ। ਠੀਕ ਹੈ। ਅਤੇ ਜਿਹੜੀ ਫਿਰ ਉਹ ਤੁਹਾਡੇ ਜਿਹੜੇ ਦੋਸਤ ਸੀ ਬਚਪਨ ਦੇ ਮੁਸਲਮਾਨ ਮੁੰਡੇ, ਕਾਫੀ ਹੋਣੇ ਗਏ ਅਤੇ ਮੁੜ ਕੇ ਸੁਲਾ ਨਾ, ਉਹ ਸਾਡੇ ਪਿੰਡ 'ਚ ਕਤਲ ਨਹੀਂ ਕੋਈ ਹੋਇਆ? ਹਾਂਜੀ ਬਿਲਕੁਲ। ਉਹ ਤਾਂ ਪਿੰਡ ਵਾਲਿਆਂ ਨੇ ਆਪਣੀ ਰਹਿ ਮਰਜ਼ੀ ਨਾਲ ਉਹਨੂੰ ਛੱਡ ਕੇ ਵੀ ਆਏ ਕੈਂਪਾਂ ਤੱਕ? ਹਾਂ, ਛੱਡ ਕੇ ਵੀ ਆਏ ਆ। ਉਹ ਆਪੇ ਸਮਾਨ ਵੀ ਘਰੇ ਰੱਖ ਕੇ ਗਏ ਆ, ਵੀ ਉਹਨਾਂ ਨੂੰ ਆਸ ਸੀ ਵੀ ਆ ਜਾਵਾਂਗੇ ਅਤੇ ਲੈ ਲਾਂਗੇ। ਜਿਹਦੇ ਕੋਲ ਮਹੀਂ ਮਹੀਂ ਬਣ ਗਿਆ, ਜਿਹਦੇ ਕੋਲ ਹੋਰ ਸਮਾਨ ਸੀ ਉਹ ਰੱਖ ਗਿਆ, ਆਪ ਚਲੇ ਗਏ। ਉਹ ਛੱਡ ਕੇ ਜਿਹੜੇ ਪਿੰਡ ਦੇ ਅਸਰ ਸੁੱਖ ਵਾਲੇ ਬੰਦੇ ਸੀ ਉਹਨਾਂ ਦੇ ਘਰ ਦੇ ਗਏ ਵੀ ਆ ਕੇ ਅਤੇ ਲੈ ਲਵਾਂਗੇ, ਆਣ ਕੇ ਲੈ ਲਵਾਂਗੇ। ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਅਸੀਂ ਪਰਮਾਨੈਂਟ ਪੱਕੇ ਹੀ ਵਿਛੜ ਚੱਲੇ ਹਾਂ? ਪੱਕੇ ਹੀ ਵਿਛੜ ਚੱਲੇ। ਅਤੇ ਕੋਈ ਬਚਪਨ ਦੇ ਦੋਸਤ ਜਿਨ੍ਹਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ? ਫੰਨੋ ਫੰਨੋ ਆਉਂਦੇ ਹੁੰਦੇ ਸੀ, ਉਹ ਵੀ ਮੁਸਲਮਾਨ ਸੀ। ਅੱਛਾ। ਇੱਕ ਨਾ ਡੋਗਰ ਸੀ ਜਿਹੜੇ, ਇਹ ਵੀ ਡੋਗਰਾਂ ਦੇ ਨਾਂ ਸੀ, ਫੈਜ ਸੀ। ਅੱਛਾ। ਦੂਜੇ ਸੀ, ਇਸ ਤਰ੍ਹਾਂ ਨਾਂ ਵਿਰਲੇ ਵਿਰਲੇ ਹੈਗੇ। ਠੀਕ ਹੈ। ਅਤੇ ਜੇ ਤੁਹਾਨੂੰ ਕੋਈ ਸਬੱਬ ਮਿਲੇ ਕਿ ਤੁਹਾਨੂੰ ਉਹ ਮਿਲਣ ਆ ਜਾਣ, ਤਾਂ ਕਿੰਨੀ ਕੁ ਖੁਸ਼ੀ ਹੋਏਗੀ? ਬੜੀ ਖੁਸ਼ੀ ਹੋਊਗੀ। ਅੱਛਾ। ਉਹ ਇਹਨਾਂ ਨੂੰ ਉੱਥੇ ਵੀ ਸਾਡੇ ਆ ਇੱਕ ਗਿਆ ਬੰਦਾ ਮਿਲ ਕੇ ਆਇਆ, ਬਹੁਤ ਖੁਸ਼ ਹੁੰਦੇ, ਕੋਈ ਨਾਰਾਜ਼ਗੀ ਵਾਲੀ ਗੱਲ। ਠੀਕ ਹੈ, ਠੀਕ ਹੈ। ਅਤੇ ਇੱਧਰ ਫਿਰ ਉਦੋਂ ਤੁਸੀਂ ਪੜ੍ਹਨ ਪੁੜ੍ਹਨ ਵੀ ਜਾਂਦੇ ਸੀ ਸਕੂਲਾਂ 'ਚ ਇਕੱਠੇ? ਨਹੀਂ ਜੀ, ਪੜ੍ਹਨ ਨਹੀਂ ਹੈ ਜਾਂਦੇ। ਅੱਛਾ। ਉਦੋਂ ਸਕੂਲਾਂ ਦਾ ਨਹੀਂ ਸੀ ਇੰਨਾ ਸਿਸਟਮ ਹੈਗਾ? ਉਦੋਂ ਵਾਹੀ ਜੋਤਰੀ ਦਾ ਹੀ ਡੰਗਰ ਵੱਛਾ ਚਾਰਨਾ ਬਸ। ਹਾਂਜੀ, ਹਾਂਜੀ। ਅਤੇ ਜਦੋਂ ਬਾਪੂ ਜੀ ਇੱਧਰ ਰੌਲੇ ਪਏ ਆ, ਬੜਾ ਜ਼ਿਆਦਾ ਹਾਲਾਤ ਖਰਾਬ ਹੋ ਗਿਆ, ਅਤੇ ਉਦੋਂ ਫਿਰ ਕਿਸ ਤਰ੍ਹਾਂ ਰਾਤੋਂ ਰਾਤ ਹੀ ਚਲੇ ਗਏ ਫਿਰ ਉਸੇ ਵੇਲੇ ਕਿ? ਹੌਲੀ ਹੌਲੀ ਗਏ ਆ, ਸੁਲਾ ਨਾ ਗਏ ਆ, ਜਿੱਦ ਪੈਂਦੇ ਮਾਰਨ, ਫਿਰ ਤਾਂ ਰਾਤੋਂ ਰਾਤ ਨਿਕਲਦੇ ਜੀ ਨੂੰ ਜੀ ਕਰਦਾ ਕਿਸੇ ਦਾ, ਜਦੋਂ ਸੁਲਾ ਨਾ ਚੜ੍ਹਾਏ ਸੁਲਾ ਨਾ ਗਏ। ਅੱਛਾ। ਤੁਹਾਡੇ ਪਿੰਡ ਦੇ ਵਿੱਚ ਵੇਰਕੇ 'ਚ ਕੋਈ ਵੱਢ ਫੱਟ ਨਹੀਂ ਹੋਈ? ਨਾ। ਅਤੇ ਜਿਹੜਾ ਆ ਵੇਰਕੇ ਦਾ ਸਟੇਸ਼ਨ ਆ ਤੁਹਾਡੇ ਲਾਗੇ, ਅਤੇ ਇੱਥੋਂ ਗੱਡੀ ਸਿੱਧੀ ਪਾਕਿਸਤਾਨ ਜਾਂਦੀ ਸੀ? ਜਾਂਦੀ ਜਾਂਦੀ। ਅੱਛਾ ਅੱਛਾ। ਅਤੇ ਹੋਰ ਕੋਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਠੀਕ ਹੈ, ਸੁਨੇਹਾ ਹੁਣ ਕਾਹਦਾ ਦੇਣਾ, ਸਾਡੇ ਦੋਸਤ ਮਰ ਮਰ ਗਏ, ਸੁਨੇਹਾ ਕਾਹਦਾ ਦੇਣਾ? ਨਹੀਂ ਵੇਖੋ, ਤੁਸੀਂ ਹਾਲੇ ਸੁੱਖ ਨਾਲ ਰਾਜੀ ਬਾਜੀ 'ਚ ਹੋ ਸਕਦਾ, ਉਹ ਵੀ ਜਿੰਦਾ ਹੀ ਹੋਣ, ਰਾਜੀ ਬਾਜੀ ਹੋਣ। ਨਹੀਂ, ਸਾਡੇ ਨੂੰ ਬੁੱਢੇ ਹੀ, ਅਸੀਂ ਮੁੰਡੇ ਅਸੀਂ ਮੁੰਡੇ ਹਾਂ, ਉਦੋਂ ਨਿਆਣੇ ਹਾਂ, ਉਹ ਬੁੱਢੇ ਹੀ। ਹਾਂ, ਇਹ ਵੀ ਗੱਲ ਹੈ। ਬਹੁਤ ਬਹੁਤ ਮਿਹਰਬਾਨੀ ਬਾਪੂ ਜੀ, ਬਹੁਤ ਮਿਹਰਬਾਨੀ। ਵੇਰਕਾ ਪਿੰਡ ਦੇ ਵਸਨੀਕ ਬਹੁਤ ਬਜ਼ੁਰਗ ਨੇ ਬੀਬੀ ਚਰਨ ਕੌਰ ਜੀ, ਇਹਨਾਂ ਦੇ ਨਾਲ ਥੋੜ੍ਹੀ ਬਹੁਤੀ ਆਪਾਂ ਗੱਲ ਕਰਾ ਕਰਾਂਗੇ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ ਜੀ। ਬੀਬੀ ਜੀ, ਜਦੋਂ ਪਾਕਿਸਤਾਨ ਬਣਿਆ ਰੌਲੇ ਪਏ, ਤਾਂ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ? ਉਦੋਂ ਉਮਰ ਮੇਰੀ 10-12 ਸਾਲਾਂ ਦੀ ਪੂਰੀ ਮੈਨੂੰ ਪਛਾਣ ਆ। ਅੱਛਾ। ਅਤੇ ਧੀਏ ਉਮਰ ਦਾ ਤਾਂ ਮੈਨੂੰ ਪਤਾ ਨਹੀਂ ਗਾ, ਨਾ ਪੜ੍ਹੀ ਲਿਖੀ ਹਾਂ, ਨਾ ਪਿੱਛੇ ਘੜੀਆਂ ਹੀ ਸੀ। ਅਤੇ ਜਿਹੜਾ ਤੁਸੀਂ ਤੁਹਾਡਾ ਘਰ ਸੀਗਾ, ਅਤੇ ਤੁਹਾਡੇ ਘਰ ਦੇ ਲਾਗੇ ਕੋਈ ਮੁਸਲਮਾਨਾਂ ਦੇ ਘਰ ਸੀਗੇ? ਬੜੇ ਬੜੇ ਘਰ ਸੀ ਸਾਡੇ, ਗਲੀ ਸਾਰੀ ਮੁਸਲਮਾਨਾਂ ਦੀ ਹੀ। ਕੀ ਨਾਂ ਸੀ ਗਲੀ ਦਾ? ਨਹੀਂ ਨਹੀਂ ਜਿੱਥੇ ਤੁਸੀਂ ਰਹਿੰਦੇ ਸੀਗੇ? ਪਿੰਡ ਚੋਣੇ ਮਹਿਤੇ ਦੇ ਲਾਗੇ, ਅਤੇ ਗਲੀਆਂ ਦੇ ਉਦੋਂ ਲੰਬਰ ਲੁੰਬਰ ਨਹੀਂ ਸੀ ਹੈਗੇ ਨਾ, ਅਤੇ ਜਦੋਂ ਮੁਸਲਮਾਨ ਗਏ ਆ, ਗਠੜੀਆਂ ਵੱਧੀਆਂ ਹੀ ਰੋਂਦੀਆਂ ਗਈਆਂ ਸੀ, ਅਤੇ ਮੈਨੂੰ ਪੂਰੀ ਪਛਾਣ ਆ।
ਤੇ ਤੁਹਾਡੀਆਂ ਸਹੇਲੀਆਂ ਹੈਗੀਆਂ ਸੀ ਮੁਸਲਮਾਨਾਂ ਦੀਆਂ ਕੁੜੀਆਂ? ਹੈ ਸਹੀ ਪਰ ਪੂਰੀ ਪਛਾਣ ਨਹੀਂ ਕੀ ਨਾ ਨਾ ਭੁੱਲ ਗਏ ਉਹਨਾਂ ਦੇ। ਅੱਛਾ ਤੇ ਯਾਦ ਤੇ ਕਰਦੇ ਹੋਵੋਗੇ ਕਦੀ ਕਦੀ ਸਹੇਲੀਆਂ ਨੂੰ? ਹੁਣ ਆਪਣਾ ਵੱਡੇ ਆਪਾ ਆ ਗਿਆ, ਹੁਣ ਤੇ ਆਪਣੀ ਮੌਤ ਮੰਗਣ ਦੇ ਯਾਦ ਕੀ ਕਰਦਾ। ਚਲੋ ਤੁਹਾਡਾ ਰੱਬ ਤੁਹਾਡੀ ਲੰਬੀ ਲੰਬੀ ਉਮਰ ਕਰੇ, ਮੌਤ ਕਾਹਨੂੰ ਮੰਗਣੀ, ਤੁਸੀਂ ਹਜ਼ਾਰਾਂ ਸਾਲ ਜੀਓ। ਤੇ ਹੋਰ ਕੋਈ ਗੱਲ ਦੱਸੋ ਪਾਕਿਸਤਾਨ ਦੇ ਵੇਲੇ ਦੀ? ਹੋਰ ਜਦੋਂ ਪਾਕਿਸਤਾਨ ਬਣਿਆ ਮੇਰੇ ਪੇਕੇ ਦਿੱਲੀ ਕਿੱਤਿਆਂ ਵਿੱਚ ਰਹਿੰਦੇ ਸੀ, ਜਦੋਂ ਲੜਾਈ ਪਈ ਉਦੋਂ ਪਿੰਡ ਚੱਲ ਗਏ ਆ। ਜਦੋਂ ਪਾਕਿਸਤਾਨ ਜਦੋਂ ਮੁਸਲਮਾਨ ਗਏ ਆ, ਗੱਡੀਆਂ ਘੁੰਮਦੀਆਂ ਸੀ ਪਿੰਡ ਦੇ ਵਿੱਚ, ਅਤੇ ਇੱਟਾਂ ਰੋੜੇ ਚੱਲੇ ਸੀ, ਗਠੜੀਆਂ ਵੱਧੀਆਂ ਸੀ, ਰੋਂਦੇ ਪਿੱਟਦੇ ਚੱਲ ਗਏ ਸੀ। ਅਤੇ ਅਸੀਂ ਫਿਰ ਉੱਥੋਂ ਪੇਕੇ ਪਿੰਡੋਂ ਆਪਣੇ ਦਿੱਲੀ ਚੱਲ ਗਏ, ਮੇਰੇ ਭਰਾ ਦਿੱਲੀ ਚੱਲ ਗਏ, ਅਤੇ ਦਿੱਲੀ ਤੋਂ ਇੱਥੇ ਵਿਆਹੇ ਹੀ ਆ ਗਈ ਹਾਂ। ਅੱਛਾ, ਮਤਲਬ ਬੜਾ ਲੋਕਾਂ ਨੇ ਦੁੱਖ ਹੰਡਾਇਆ ਉਸ ਸਮੇਂ ਦੇ ਵਿੱਚ। ਹਾਂ, ਅਤੇ ਹੁਣ ਇੰਨੀ ਮੈਨੂੰ ਯਾਦ ਹੈ, ਜੇ ਨਾ ਸਹੇਲੀ ਦਾ ਨਾਮ ਪਤਾ ਵਾ, ਇੱਥੇ ਵਿਆਹੇ ਆਏ ਹਾਂ, ਇਹੋ ਮੇਰੇ ਸਹੁਰਿਆਂ ਦਾ ਪਿੰਡ ਆ, ਜੱਦੀ ਪੁਸ਼ਤੀ ਇਹੋ ਹੀ ਆ। ਠੀਕ।